ਤੇਰਾ ਬਣੂ ਮੇਰਾ ਬਣੂ ਕਿਹਦਾ ਬਣੂ ਉਹਦਾ ਬਣੂ ਸਭ ਦਾ ਬਣੂਗਾ ਮਿਰਚੀ ਮੁਰਗਾ ਮਿਰਚੀ ਮੁਰਗਾ। ਹੈਲੋ, ਹਾਏ, ਮੇਰੀ ਬਾਤ ਦੀਪਿਕਾ ਮੈਮ ਸੇ ਹੋ ਰਹੀ ਹੈ? ਹਾਂਜੀ ਮੈਮ, ਤੁਸੀਂ ਤੋਂ ਪੀਜ਼ਾ ਆਰਡਰ ਕੀਤਾ ਸੀਗਾ ਜੀ? ਹਾਂਜੀ, ਉਹ ਆਏ ਨਹੀਂ ਹਜੇ ਤੱਕ। ਮੈਮ ਉਹ ਆਣਾ ਵੀ ਨਹੀਂ ਹੈ। ਕਿਉਂ? ਕਿਉਂਕਿ ਮੈਡਮ ਮੈਂ ਉਹ ਕੈਂਸਲ ਕਰਵਾਤਾ ਹੈ। ਨਹੀਂ, ਤੁਸੀਂ ਕੈਂਸਲ ਕਿਸ ਤੋਂ ਪੁੱਛ ਕੇ ਕਰਵਾਇਆ? ਨਹੀਂ ਮੈਡਮ, ਪੁੱਛਿਆ ਕਿਸੇ ਤੋਂ ਨਹੀਂ, ਮੈਂ ਤੁਹਾਨੂੰ ਖੁੱਲ ਕੇ ਦੱਸਦਾ ਗੱਲ ਕੀ ਹੈ। ਦੱਸੋ ਮੈਮ, ਅਮਰੀਕਾ ਦੀ ਪੋਇਜ਼ਨ ਕੰਪਨੀ ਹੈ ਜੋ ਪੀਜ਼ੇ ਬਣਾਉਂਦੀ ਹੈ, ਪੰਜਾਬ 'ਚ ਲਾਂਚ ਹੋ ਗਈ ਹੈ। ਅੱਛਾ। ਤੇ ਅੱਜ ਜਿਹੜਾ ਵੀ ਪੀਜ਼ਾ ਆਰਡਰ ਕਰੇਗਾ ਉਹਦਾ ਆਰਡਰ ਅਸੀਂ ਕੈਂਸਲ ਕਰਵਾ ਕੇ ਆਪਣੀ ਕੰਪਨੀ ਦੇ ਪੀਜ਼ੇ ਭੇਜਾਂਗੇ, ਉਹ ਵੀ ਬਿਲਕੁਲ ਫ੍ਰੀ। ਬਿਲਕੁਲ ਫ੍ਰੀ? ਜੀ ਮੈਮ। ਇਹ ਲਿਮਿਟਿਡ ਆਰਡਰ ਹੈ ਜਾਂ ਫਿਰ ਕੁਝ ਹੋਰ ਵੀ ਅਸੀਂ ਮੰਗਵਾ ਸਕਦੇ? ਨੋ ਮੈਮ, ਕੋਈ ਲਿਮਿਟ ਨਹੀਂ ਹੈ, ਜੋ ਮਰਜ਼ੀ ਮੰਗਾਓ। ਨਹੀਂ, ਜਿੰਨਾ ਅਸੀਂ ਮਰਜ਼ੀ ਲਿਖਵਾ ਦਈਏ, ਟੋਟਲੀ ਫ੍ਰੀ। ਜੀ ਜੀ ਬਿਲਕੁਲ, ਟੋਟਲੀ ਫ੍ਰੀ ਹੈ ਜੀ। ਠੀਕ ਹੈ, 3-4 ਪੀਜ਼ੇ ਹੋਰ ਲਿਖ ਦਿਓ। ਕੋਈ ਪ੍ਰੋਬਲਮ ਨਹੀਂ ਹੈ ਮੈਮ, ਦੱਸੋ ਕਿਹੜੇ ਕਿਹੜੇ ਭੇਜਾਂ? ਆਪਣੀ ਪਸੰਦ ਦੇ ਭੇਜ ਦਿਓ, ਅਸੀਂ ਖਾ ਲਾਂਗੇ ਸਾਰੇ। ਓਕੇ ਮੈਮ। ਮੈਮ ਪੀਣ ਲਈ ਕੀ ਭੇਜਾਂ ਜੀ? ਕੀ ਹੈ ਤੁਹਾਡੇ ਕੋਲ ਪੀਣ ਲਈ? ਮੈਮ ਕੋਲਡ ਕਾਫੀ ਹੈ, ਹਰ ਤਰ੍ਹਾਂ ਦੀ ਸ਼ੇਕ ਨੇ, ਹਰ ਤਰ੍ਹਾਂ ਦੀ ਸੌਫਟ ਡਰਿੰਕ ਹੈ, ਤੁਸੀਂ ਕੀ ਲਓਗੇ? ਇੱਦਾਂ ਕਰੋ, 2 ਕੋਕ ਭੇਜ ਦਿਓ, 2 ਕੋਲਡ ਕਾਫੀ ਭੇਜ ਦਿਓ। ਠੀਕ ਹੈ, ਕੋਲਡ ਕਾਫੀ 4 ਭੇਜ ਦਿਓ। ਕੁਝ ਹੋਰ ਮੈਮ? ਨਹੀਂ ਬਸ, ਇੰਨਾ ਹੀ ਕੁਝ ਭੇਜ ਦਿਓ। ਓਕੇ ਮੈਮ, ਤੁਹਾਡਾ ਆਰਡਰ 15 ਮਿੰਟ 'ਚ ਅਸੀਂ ਤੁਹਾਡੇ ਘਰ ਪਹੁੰਚਾ ਦਾਂਗੇ। ਇਹ ਫ੍ਰੀ ਹੈ ਨਾ ਟੋਟਲੀ? ਜੀ ਮੈਮ, ਸਾਰਾ ਕੁਝ ਫ੍ਰੀ ਹੈ, ਬਸ ਹੋਮ ਡਿਲੀਵਰੀ ਦੇ ਪੈਸੇ ਦੇਣੇ ਪੈਣਗੇ। ਭੇਜ ਦਾਂ ਆਰਡਰ ਜੀ? ਕਿੰਨੇ ਕੁ ਦੋਗੇ? ਮੈਮ ਸਿਰਫ 45। ਚਲੋ ਤੁਸੀਂ ਭੇਜੋ, ਅਸੀਂ ਹੋਮ ਡਿਲੀਵਰੀ ਦੇ ਦੇਵਾਂਗੇ। ਮੈਮ ਅਕਾਊਂਟ ਨੰਬਰ ਬੋਲੋ ਆਪਣਾ। ਮੈਮ ਕਿਉਂਕਿ ਹੋਮ ਡਿਲੀਵਰੀ ਜੋ ਕਰਨ ਜਾਂਦਾ ਹੈ ਉਹ ਬੰਦਾ ਟਿਪ ਮੰਗਦਾ ਹੈ। ਅੱਛਾ। ਤੇ ਸਾਡੀ ਅਮਰੀਕਨ ਕੰਪਨੀ ਟਿਪ ਦੇ ਬਿਲਕੁਲ ਖਿਲਾਫ ਹੈ, ਇਸ ਲਈ ਹੋਮ ਡਿਲੀਵਰੀ ਦੇ ਪੈਸੇ ਅਸੀਂ ਅਕਾਊਂਟ ਦੇ ਜ਼ਰੀਏ ਕੱਟਦੇ ਹਾਂ। ਅੱਛਾ ਅੱਛਾ। ਮੈਡਮ ਕਿਹੜੇ ਬੈਂਕ 'ਚ ਅਕਾਊਂਟ ਹੈ? ਬੈਂਕ ਵਿੱਚ ਅਕਾਊਂਟ ਮੇਰਾ। ਓਕੇ, ਕਿਸ ਨਾਮ ਤੋਂ? ਦੀਪਿਕਾ ਤੋਂ। ਓਕੇ ਮੈਮ, 15 ਮਿੰਟ ਤੱਕ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚ ਜਾਏਗਾ, ਤੇ ਤੁਹਾਡੀ ਹੀ ਬੈਂਕ ਤੋਂ ਤੁਹਾਨੂੰ ਇੱਕ SMS ਆਏਗਾ ਕਿ 2700 ਰੁਪਏ ਤੁਹਾਡੇ ਕੱਟੇ ਗਏ ਨੇ। 2700 ਰੁਪਈਆ? ਜੀ ਮੈਮ, 2700 ਰੁਪਏ। 45 ਕਹਿ ਰਹੇ ਸੀ? ਨਹੀਂ ਨਹੀਂ ਮੈਮ, ਤੁਹਾਨੂੰ ਗਲਤੀ ਲੱਗ ਗਈ ਹੈ, ਅਮਰੀਕਨ ਕੰਪਨੀ ਹੈ ਨਾ, ਡਾਲਰ ਦੇ ਹਿਸਾਬ ਨਾਲ ਪੈਸੇ ਲੈਂਦੀ ਹੈ, $45 ਹੱਦ ਹੁੰਦੀ ਹੈ, ਇੰਡੀਅਨ ਕਰੰਸੀ ਦੇ ਹਿਸਾਬ ਨਾਲ 2700 ਰੁਪਈਆ ਬਣਿਆ ਜੀ। ਹੈ ਦਿਮਾਗ ਖਰਾਬ? ਕੀ ਹੋਇਆ ਮੈਮ? ਨਹੀਂ ਨਹੀਂ, ਕੈਂਸਲ ਕਰੋ, ਸਾਨੂੰ ਨਹੀਂ ਕੁਝ ਚਾਹੀਦਾ। ਨਹੀਂ ਕੈਂਸਲ ਕਿਉਂ ਕਰਨਾ ਹੈ, ਦੱਸੋ ਤਾਂ ਸਹੀ। ਤੁਸੀਂ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਨਹੀਂ ਮੈਡਮ, ਸਾਰਾ ਸਮਾਨ ਜਦੋਂ ਮੈਂ ਫ੍ਰੀ ਦੇ ਰਿਹਾ ਸੀਗਾ ਉਦੋਂ ਤਾਂ ਤੁਸੀਂ ਬੜੇ ਖੁਸ਼ ਹੋ ਰਹੇ ਸੀਗੇ। ਤੁਸੀਂ ਸਾਨੂੰ ਬੇਵਕੂਫ ਨਾ ਬਣਾਓ। ਹੋਮ ਡਿਲੀਵਰੀ ਦੇ ਸਿਰਫ ਪੈਸੇ ਮੰਗੇ ਆ। ਮੇਰੇ ਅਕਾਊਂਟ 'ਚ 1 ਰੁਪਈਆ ਨਹੀਂ ਘੱਟ ਹੋਣਾ ਚਾਹੀਦਾ, ਨਹੀਂ ਤਾਂ ਮੈਂ ਕੇਸ ਕਰ ਦੇਣਾ ਤੁਹਾਡੇ ਤੇ। ਨਹੀਂ ਨਹੀਂ, ਘਬਰਾਓ ਨਾ ਮੈਡਮ, 1 ਰੁਪਈਆ ਨਹੀਂ, 2700 ਰੁਪਏ ਪੂਰੇ ਕੱਟਾਂਗੇ ਹੋਮ ਡਿਲੀਵਰੀ ਦੇ। ਬਾਂਦਰ ਜੇ ਆ ਮੈਮ, ਜ਼ੁਬਾਨ ਸੰਭਾਲ ਕੇ ਗੱਲ ਕਰੋ, ਮੈਂ ਬਾਂਦਰ ਨਹੀਂ ਆ, ਬਾਂਦਰ ਸਾਡੇ ਪੂਰਵਜ ਸੀਗੇ ਜਿਹੜੀ ਨਾ ਆਰਮੀ 'ਚ ਪੈਸੇ ਸੀ ਆਪੇ ਕਰਾਂਗੇ। ਮੇਰੀ ਗੱਲ ਸੁਣੋ, ਤੁਸੀਂ ਕਿਹਾ ਕਿ ਨਹੀਂ ਕੋਲਡ ਡਰਿੰਕ ਭੇਜ ਦਿਓ, ਕੋਲਡ ਕਾਫੀ ਭੇਜ ਦਿਓ, ਪੀਜ਼ੇ ਭੇਜ ਦਿਓ। ਹਾਂ ਕਿਹਾ ਮੈਂ। ਤਾਂ ਫੇਰ ਹੁਣ ਕੀ ਪ੍ਰੋਬਲਮ ਹੋ ਗਈ? ਯਾ ਜਿਹੜਾ ਸਿਰਫ ਪਿਓ ਵਾਲਾ 2700 ਡਿਲੀਵਰੀ 'ਚ ਪਾ ਰਹੇ ਆ ਉਹ। ਮੈਂ ਹੁਣ ਤੁਹਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ, ਤੁਸੀਂ ਬਦਤਮੀਜ਼ੀ ਤੇ ਬਦਤਮੀਜ਼ੀ ਕਰੀ ਜਾ ਰਹੇ ਹੋ, ਮੈਂ ਕੁਝ ਵੀ ਨਹੀਂ ਕਹਿ ਰਿਹਾ। ਥੋੜੀ ਦੇਰ ਤੱਕ SMS ਆ ਜਾਏਗਾ, ਪੈਸੇ ਤੁਹਾਡੇ ਕੱਟ ਹੋ ਵੀ ਗਏ ਹੋਣੇ ਨੇ। ਉਹ ਬਕਵਾਸ ਨਾ ਕਰ, ਮੈਂ ਥੱਪੜ ਮਾਰਨਾ ਮੂੰਹ। ਅੱਛਾ ਨਹੀਂ ਸਮਾਨ ਚਾਹੀਦਾ ਤਾਂ ਮੇਰੀ ਗੱਲ ਸੁਣੋ। ਸਾਨੂੰ ਕੋਈ ਸਮਾਨ ਚਾਹੀਦਾ ਤੁਹਾਡਾ? ਅੱਛਾ ਨਾਲ ਉਹ ਸਮਾਨ ਗੱਲ ਤਾਂ ਸੁਣੋ, ਪੈਸੇ ਕੱਟ ਹੋਣੇ ਚਾਹੀਦੇ। ਸਰਪੰਚ ਸਾਡੀ ਗਲੀ ਵਿੱਚ ਰਹਿੰਦਾ, ਮੈਂ ਉਹਦੇ ਕੋਲ ਜਾਣਾ ਤੁਹਾਡੇ ਬਾਰੇ ਦੱਸਣ ਲਈ। ਸਿੱਧੀ ਸਰਪੰਚ ਦੀ ਧਮਕੀ? ਅੱਛਾ ਮੇਰੀ ਗੱਲ ਸੁਣੋ, ਮੈਂ ਡਰ ਗਿਆ। ਹੈਲੋ ਹੈਲੋ ਦੀਪਿਕਾ ਜੀ, ਮੈਂ ਪੂਰੀ ਤਰ੍ਹਾਂ ਡਰਿਆ ਹੋਇਆ ਬੋਲ ਰਿਹਾ ਕਿ ਮੁਰਗਾ ਬਣਾਇਆ ਸੀਗਾ। ਉਹ ਕੋਈ ਨਹੀਂ, ਮੁਰਗਾ ਮਰ ਗਿਆ, ਅਸੀਂ ਵੈਸ਼ਨੂੰ ਬੰਦੇ ਆ, ਫੋਨ ਕੱਟੋ। ਉਹ ਭੈਣ ਜੀ, ਰੇਡੀਓ ਮਿਰਚੀ ਤੋਂ ਬੋਲ ਰਿਹਾ ਮੈਂ, ਪਕ ਪਕ ਦੀਪਕ, ਮਿਰਚੀ ਮੁਰਗਾ ਬਣਾਇਆ ਹੈ। ਹਾਏ, ਲੋਕਾਂ ਨੂੰ ਸੁਣਾਈਓ ਪਲੀਜ਼, ਬੜੀ ਬੇਇੱਜ਼ਤੀ ਹੋਈ ਹੈ। ਬੋਲੋ ਫਿਰ, ਕੁਕੜੂ ਕੁੜੂ ਕੁਕੜੂ ਕੁੜੂ। ਤੇਰਾ ਬਣੂ ਮੇਰਾ ਬਣੂ ਕਿਹਦਾ ਬਣੂ ਉਹਦਾ ਬਣੂ ਸਭ ਦਾ ਬਣੂਗਾ ਮਿਰਚੀ ਮੁਰਗਾ ਮਿਰਚੀ ਮੁਰਗਾ ਮਿਰਚੀ।